ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਕਮੌਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਸਿੱਖ ਜਨ ਸਮੂਹ ਆ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰਿਏ ਜੀ ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦਿਆਂ ਕੁਝ ਸਤਰਾਂ ਦੁਬਾਰਾ ਪੜੀਆਂ ਜਾ ਰਹੀਆਂ ਹਨ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਨ ਸਮੂਹ ਨੂੰ ਬਿਨਾ ਕਿਸੇ ਜਾਤ ਤੇ ਵਰਣ ਭੇਦ ਦੇ ਵਿਤਕਰੇ ਦੇ ਇੱਕ ਵਿਸ਼ਾਲ ਜਨ ਸਮੂਹ ਦੇ ਰੂਪ ਵਿੱਚ ਸੰਗਠਿਤ ਕਰ ਦਿੱਤਾ ਗੁਰੂ ਜੀ ਲਈ ਸਿੱਖ ਦੇ ਅੰਤਰੀਵ ਜੋਸ਼ ਤੇ ਉਤਸ਼ਾਹ ਨੂੰ ਇੱਕ ਆਦਰਸ਼ਵਾਦ ਦੇ ਰੂਪ ਵਿੱਚ ਸਾਕਾਰ ਕਰਨ ਲਈ ਤੀਰ ਤੁਪਕ ਕਿਰਪਾਨ ਤੇ ਚੱਕਰ ਆਦਿ ਦੇ ਚਿੰਨ ਵਰਤੇ ਗਏ ਸਨ ਆਪਣੀ ਅਰਦਾਸ ਵਿੱਚ ਜੁੜਨ ਸਮੇ ਅਕਾਲੀ ਕੁਦਰਤ ਨਾਲ ਇੱਕ ਸੁਰ ਹੁੰਦਾ ਹੈ ਇਨ ਪ੍ਰਤੀਤ ਹੁੰਦਾ ਹੈ ਜਿਵੇਂ ਅਰਦਾਸ ਕਰਨ ਸਮੇ ਬਰਚ ਵੀ ਉਸ ਦੇ ਨਾਲ ਖੜੇ ਹਨ ਅਤੇ ਪਰਬਤਾਂ ਦੀਆਂ ਧੋਲਾ ਧਾਰ ਚੋਟੀਆਂ ਵੀ ਉਸ ਦੇ ਨਾਲ ਹੀ ਨਮਸਕਾਰ ਕਰਦੀਆਂ ਹਨ ਉਸ ਦੇ ਪ੍ਰਭੂ ਰੰਗ ਵਿੱਚ ਰੰਗੇ ਮਨ ਦੇ ਨਾਲ ਹੀ ਭਾਵਾਂ ਰਤੇ ਸੰਗੀਤ ਵਿੱਚ ਅਰਸ਼ਾਂ ਦੇ ਤਾਰ ਵੀ ਉਸ ਦੇ ਨਾਲ ਹੀ ਥਰਥਰਾਉਂ ਉੱਠਦੇ ਹਨ ਉਸ ਦੀ ਆਤਮਾ ਵਿੱਚੋਂ ਬਦਲਾਂ ਦੀ ਗਰਜ ਸੁਣਾਈ ਦਿੰਦੀ ਹੈ ਇਨ ਜਾਪ ਦਾ ਹੈ ਜਿਵੇਂ ਪ੍ਰਕਿਰਤੀ ਖੁਸ਼ੀ ਵਿੱਚ ਖੀਵੀ ਹੋ ਕੇ ਤਾੜੀਆਂ ਮਾਰ ਰਹੀ ਹੋਵੇ ਇੰਜ ਲੱਗਦਾ ਹੈ ਜਿਵੇਂ ਪर्वਤਾਂ ਦੀ ਆਤਮਾ ਵੀ ਦਸਮ ਗੁਰੂ ਦੇ ਸਤਸ੍ਰੀ ਅਕਾਲ ਦਾ ਗਾਇਨ ਕਰ ਰਹੀ ਹੋਵੇ ਜਦੋਂ ਵੀ ਗੁਰੂ ਗ੍ਰੇਵ ਸਿੰਘ ਇੱਕ ਦੂਜੇ ਨਾਲ ਮਿਲਦੇ ਹਨ ਤਾਂ ਉਹ ਦਸਮ ਗੁਰੂ ਦੇ ਇਸ ਜੈਕਾਰੇ ਨੂੰ ਉਚਾਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਅਸੀਂ ਤੇਰੇ ਹਾਂ ਖਾਲਸਾ ਵੀ ਤੇਰਾ ਹੈ ਤੇ ਉਸਦੀ ਫਤਿਹ ਵੀ ਤੇਰੀ ਹੈ ਤੇ ਉਸਦੀ ਸ਼ਾਨ ਵੀ ਤੇਰੀ ਹੀ ਹੈ ਗੁਰੂ ਜੀ ਦੀ ਜੈ ਜੈਕਾਰ ਹੋਵੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚੇ ਗਏ ਇਸ ਮੰਤਰ ਨੇ ਮਨੁੱਖਾ ਸਰੀਰ ਦੀ ਕਾਇਆ ਕਲਪ ਕਰਕੇ ਰੱਖ ਦਿੱਤੀ ਅਕਾਲੀ ਸਿੰਘਾਂ ਨੇ ਥੋੜੀ ਗਿਣਤੀ ਵਿੱਚ ਹੁੰਦਿਆਂ ਹੋਇਆਂ ਵੀ ਨੰਗੇ ਭੁੱਖੇ ਰਹਿ ਕੇ ਮੁਗਲ ਸਲਤਨਤ ਦੀਆਂ ਬਜਰ ਸਫੀਲਾਂ ਦਾ ਮਸਤ ਆਥੀਆਂ ਵਾਂਗ ਟਾਕਰਾ ਕੀਤਾ ਉਹਨਾਂ ਕੋ ਲੜਨ ਲਈ ਹੋਰ ਕੁਝ ਵੀ ਨਹੀਂ ਕੇਵਲ ਆਪਣੇ ਸਰੀ ਸਨ ਉਹ ਸੁਲਤਨਾਂ ਤੁ ਨੂੰ ਸਤ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਹੀ ਜਿੱਤਣਾ ਚਾਹੁੰਦੇ ਸਨ ਉਹਨਾਂ ਨੇ ਅਕਾਲ ਪੁਰਖ ਦੀ ਹੋਂ ਨੂੰ ਸਾਖਿਆ ਜਾਣ ਕੇ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਸੀ ਉਹਨਾਂ ਦਾ ਇਹ ਉਤਸ਼ਾਹ ਤੇ ਜੋਸ਼ ਅਦੁੱਤੀ ਅਤੇ ਮਹਾਨ ਸੀ ਸਭ ਚਿੰਤਕਾਂ ਦੇ ਮਨਾਂ ਵਿੱਚ ਇਹ ਗੱਲ ਬੜੀ ਸਪਸ਼ਟ ਹੋਣੀ ਚਾਹੀਦੀ ਸੀ ਇਹ ਮਨੁੱਖੀ ਸੁੰਦਰਤਾ ਦੀ ਧਾਰਨਾ ਵਿੱਚ ਅਕਾਲੀ ਸਿੰਘਾਂ ਦੀ ਇਹ ਭਾਵਨਾ ਆਧੁਨਿਕ ਸੁਭਾਅ ਵਾਲੀ ਸੀ ਇਹਨਾਂ ਦੇ ਛੋਟੇ ਦਿਲਾਂ ਵਿੱਚ ਪ੍ਰਚੰਡ ਅਗਨੀ প্রজ্বলਿਤ ਸੀ ਜਿਸ ਨੇ ਇਹਨਾਂ ਨੂੰ ਬੇਚੈਨ ਕਰ ਦਿੱਤਾ ਸੀ ਤੇ ਹੁਣ ਇਹ ਮਹਾਮਾਨਵ ਉਸ Hindu ਸਮਾਜ ਨਾਲ ਰਲਣਾ ਨਹੀਂ ਸੰਚਾਉਂਦੇ ਜਿਸ ਵਿੱਚੋਂ ਕਿ ਇਹ ਉਤਪਨ ਹੋਏ ਸਨ ਦੂਜੇ ਬੰਨੇ ਮੁਸਲਮਾਨਾ ਵਿਰੁੱਧ ਇਹਨਾਂ ਸੰਤ ਪੁਰਸ਼ਾਂ ਨੂੰ ਸੰਘਰਸ਼ ਕਰਨਾ ਪਿਆ ਜਿਸ ਜਿਸ ਦਾ ਅਰਥ ਕੇਵਲ ਆਪਣਾ ਸਰਵਨਾਸ਼ ਹੀ ਹੋ ਸਕਦਾ ਸੀ ਸਿੱਖਾਂ ਕੋਲ ਆਪਣੇ ਜੀਵਨ ਤੋਂ ਬਿਨਾ ਹੋਰ ਕੁਝ ਵੀ ਦੇਣ ਲਈ ਨਹੀਂ ਸੀ ਭਾਵੇਂ ਉਹ ਵੇਖਣ ਨੂੰ ਬੜਾ ਸਿੱਧ ਪਦਰਾ ਤੇ ਅਥਰਾ ਜਿਹਾ ਜਾਪਦਾ ਹੈ ਪਰ ਦਿਲ ਦਾ ਉਹ ਬੜਾ ਸੁੱਚਾ ਤੇ ਸਿਹਰਦ ਹੈ ਬੁੱਧੀ ਉਸ ਲਈ ਬਹੁਤਾ ਅਰਥ ਨਹੀਂ ਰੱਖਦੀ ਨਹੀਂ ਉਹ ਇਸ ਦੇ ਚਮਤਕਾਰਾਂ ਦੀ ਕੋਖ ਪਰਖ ਹੀ ਕਰ ਸਕਦਾ ਹੈ ਭਾਵੇਂ ਉਹ ਗਿਆਨਮਾਨ ਨਹੀਂ ਪਰ ਉਹ ਨਿਰਭੈ ਹੋ ਕੇ ਆਪਣੀ ਉਸ ਸਰੀਰ ਦਾ ਬਲੀਦਾਨ ਕਰ ਸਕਦਾ ਹੈ ਜਿਸ ਨੂੰ ਕਿ ਵਿਦਵਾਨ ਲੋਕ ਤੇ ਅਖੋਤੀ ਸੰਤਪੁਰਸ਼ ਵੀ ਊਨੀ ਤੇ ਸੂਤੀ ਬਸਤਰਾਂ ਵਿੱਚ ਸਾਮ-ਸਾਮ ਕੇ ਰੱਖਦੇ ਹਨ ਖਤਰੇ ਦੇ ਸਮੇ ਉਸ ਦੇ ਇਸ ਸੈਨਿਕ ਵਾਲੇ ਗੁਣਾ ਦੇ ਟਾਕਰੇ ਵਿੱਚ ਇਸ ਸਵਾਰਥੀ ਦੁਨੀਆ ਦੇ ਹੋਰ ਸਾਰੇ ਗੁਣ ਪਰਮਾਉ ਝੂਠੇ ਗਹਿਣਿਆਂ ਤੇ ਖਿਡੌਣਿਆਂ ਸਮਾਨ ਹਨ ਅੱਜ ਦੀ ਇਸ ਪਤਨਸ਼ੀਲ ਦਸ਼ਾ ਵਿੱਚ ਵੀ ਸਿੱਖ ਕਸ਼ਟਾਂ ਨੂੰ ਘਾਰਾਂ ਵਿੱਚ ਤੇ ਜੇਲਾਂ ਵਿੱਚ ਚੱਲ ਰਹੇ ਹਨ ਪਰ ਉਹਨਾਂ ਦੇ ਹਿਰਦਿਆਂ ਉੱਤੇ ਨਾਮ ਦੇ ਸੰਗੀਤ ਦੀ ਚਮਕ ਦਿਖਾਈ ਦਿੰਦੀ ਹੈ ਉਹ ਕਿਸ ਲਈ ਕਸ਼ਟ ਉਠਾ ਰਿਹਾ ਹੈ ਕੇਵਲ ਇਸ ਲਈ ਕਿ ਉਹਨਾਂ ਦੇ ਗੁਰਤਾਮਾ ਦੇ ਪ੍ਰਬੰਧ ਵਿੱਚ ਸਵੱਛਤਾ ਆ ਸਕੇ ਫਿਰ ਦੁਹਰਾ ਦਈਏ ਅੱਜ ਦੀ ਇਸ ਪਤਨਸ਼ੀਲ ਦਸ਼ਾ ਵਿੱਚ ਵੀ ਸਿੱਖ ਕਸ਼ਟਾਂ ਨੂੰ ਘਾਰਾਂ ਵਿੱਚ ਤੇ ਜੇਲ੍ਹਾਂ ਵਿੱਚ ਚੱਲ ਰਹੇ ਹਨ ਪਰ ਉਹਨਾਂ ਦੇ ਹਿਰਦਿਆਂ ਉੱਤੇ ਨਾਮ ਦੇ ਸੰਗੀਤ ਦੀ ਚਮਕ ਦਿਖਾਈ ਦਿੰਦੀ ਹੈ ਉਹ ਕਿਸ ਲਈ ਕਸ਼ਟ ਉਠਾ ਰਿਹਾ ਹੈ ਕੇਵਲ ਇਸ ਲਈ ਕਿ ਉਹਨਾਂ ਦੇ ਗੁਰਧਾਮਾਂ ਦੇ ਪ੍ਰਬੰਧ ਵਿੱਚ ਸਵੱਛਤਾ ਆ ਸਕੇ ਭਾਵੇਂ ਸਿੱਖ ਅਨਪੜ ਝਗੜਾਲੂ ਤੇ ਬੜਾ ਅਥਰਾ ਹੈ ਪਰ ਸਾਰੀ ਸਿੱਖ ਸੰਗਤ ਦੇ ਸੀਨੇ ਵਿੱਚ ਗੁਰੂ ਜੀ ਦੇ ਆਦਰਸ਼ ਲਈ ਪ੍ਰੇਮ ਦੀ ਜੋਤ ਜਗ ਰਹੀ ਹੈ ਇਸ ਵਿੱਚ ਪ੍ਰਾਰਥਨਾ ਵਾਲੀ ਪਵਿੱਤਰਤਾ ਤੇ ਪੂਰਨਤਾ ਦੀ ਤਾਂਗ ਮੌਜੂਦ ਹੈ। ਭਾਵੇਂ ਉਹ ਪਦਾਰਥ ਦੀ ਪਕੜ ਵਿੱਚ ਜਕੜਿਆ ਪਿਆ ਹੈ ਫਿਰ ਵੀ ਉਸ ਵਿੱਚ ਉੱਪਰ ਨੂੰ ਜਾਣ ਵਾਲੀ ਪ੍ਰਭੂ ਮੁਖੀ ਪਰਵਿਰਤੀ ਮੌਜੂਦ ਹੈ ਜੋ ਕਿ ਇੱਕ ਮਨੁੱਖ ਲਈ ਸੱਚੀ ਮਲਵਾਨ ਵਸਤੂ ਹੁੰਦੀ ਹੈ। ਇਸ ਡਰਾਉਨੇ ਤੇ ਵਿਸ਼ਾਲ ਸੰਸਾਰ ਵਿੱਚ ਜਿਸ ਵਿੱਚ ਮਨੁੱਖੀ ਹੋਣੇ ਦਾ ਰਹੱਸ ਅਮਿਤ ਤੇ ਇੱਕ ਨਿਰਜਿੰਦ ਪੱਥਰ ਦੇ ਬੁੱਤ ਸਮਾਨ ਹੈ ਵਿੱਚ ਸਿੱਖ ਦਾ ਜੀਵਨ ਆਤਮ ਸੰਤੁਸ਼ਟੇ ਗਿਣਤੀ ਦੇ ਟੀਚਿਆਂ ਤੱਕ ਸੀਮਤ ਹੈ ਵਰਤਮਾਨ ਕਾਲ ਦੇ ਪੰਜਾਬ ਦੇ ਸਿੱਖਾਂ ਵਿੱਚ ਆਪਣੇ ਗੁਰਧਾਮਾਂ ਵਿੱਚੋਂ ਕੂੜ-ਕਸਤ ਤੇ ਗੰਦ ਮੰਦ ਨੂੰ ਕੱਢਣ ਲਈ ਕ੍ਰੋਮਵੈਲ ਵਾਲੀ ਭਾਵਨਾ ਵਿਆਪਕ ਹੈ ਜਿਸ ਭਾਵਨਾ ਨਾਲ ਪੰਜਾਬ ਦਾ ਸਿੱਧ ਪਦਰਾ ਸਿੱਖ ਇਸ ਸਮੇਂ ਜਾਗ ਪਿਆ ਹੈ ਉਹੋ ਜਿਹੀ ਅਦੁੱਤੀ ਭਾਵਨਾ ਭਾਰਤੀ ਜਾਤੀ ਦੇ ਇਤਿਹਾਸ ਦੇ ਕਿਸੇ ਭਾਗ ਵਿੱਚ ਵੀ ਦ੍ਰਿਸ਼ਟੀਗੋਚਰ ਨਹੀਂ ਹੋਈ ਕੀ ਸਿੱਖਾਂ ਦੇ ਮਨਾਂ ਦੀ ਇਹ ਪਵਿੱਤਰ ਭਾਵਨਾ ਜੋ ਉਹਨਾਂ ਵਿੱਚ ਇਸ ਬਲਵਾਨ ਇੱਛਾ ਸ਼ਕਤੀ ਨੂੰ ਜਗਾਉਂਦੀ ਹੈ ਕਿ ਗੁਰਧਾਮਾਂ ਦੇ ਪਵਿੱਤਰ ਵਾਤਾਵਰਣ ਨੂੰ ਗੁਰੂ ਸਹਿਬਾਨ ਦੀ ਯਾਦ ਵਿੱਚ ਦੇਵੀ ਸਰੂਪ ਵਾਲਾ ਹੀ ਰੱਖਿਆ ਜਾਵੇ ਇਹ ਤਾਂ ਇੱਕ ਅਜਿਹੀ ਭਾਵਨਾ ਹੈ ਜਿਸ ਉਤੇ ਕਿ ਕਿਸੇ ਵੀ ਦੇਸ਼ ਦਾ ਕੋਈ ਵੀ ਜਨ ਸਮੂਹ ਮਾਣ ਕਰ ਸਕਦਾ ਹੈ ਫਿਰ ਦੁਹਰਾ ਦਈਏ ਕਿ ਸਿੱਖਾਂ ਦੇ ਮਨਾਂ ਦੀ ਇਹ ਪਵਿੱਤਰ ਭਾਵਨਾ ਜੋ ਉਹਨਾਂ ਵਿੱਚ ਇਸ ਬਲਵਾਨ ਇੱਛਾ ਸ਼ਕਤੀ ਨੂੰ ਜਗਾਉਂਦੀ ਹੈ ਕਿ ਗੁਰਧਾਮਾਂ ਦੇ ਪਵਿੱਤਰ ਵਾਤਾਵਰਣ ਨੂੰ ਗੁਰੂ ਸਹਿਬਾਨ ਦੀ ਯਾਦ ਵਿੱਚ ਦੇਵੀ ਸਰੂਪ ਵਾਲਾ ਹੀ ਰੱਖਿਆ ਜਾਵੇ ਇਹ ਤਾਂ ਇੱਕ ਅਜਿਹੀ ਭਾਵਨਾ ਹੈ ਜਿਸ ਉਤੇ ਕੇ ਕਿਸੇ ਵੀ ਦੇਸ਼ ਦਾ ਕੋਈ ਵੀ ਜਨ ਸਮੂਹ ਮਾਣ ਕਰ ਸਕਦਾ ਹੈ ਕਿ ਸਿੱਖਾਂ ਵਿੱਚ ਬਿਨਾਂ ਕਿਸੇ ਦੀ ਸਿੱਖਿਆ ਤੇ ਉਤੇਜਨਾ ਦੇ ਆਈ ਇਹ ਆਪ ਮੁਹਾਰੀ ਭਾਵਨਾ ਜਿਸ ਵਿੱਚ ਉਹ ਆਪਣੇ ਗੁਰੂ ਸਹਿਬਾਨ ਦੇ ਗੁਰਧਾਮਾਂ ਲਈ ਆਪਣੀ ਜਾਨ ਨੂੰ ਕੁਰਬਾਨ ਕਰਨ ਲਈ ਤਿਆਰ ਹੈ ਜੋ ਕਿ ਉਸ ਦੀ ਪ੍ਰੇਰਣਾ ਦੇ ਮੁੱਖ ਸਰੋਤ ਹਨ ਕਿ ਇਹ ਆਦਰਸ਼ ਗੁਣ ਸਾਰੀ ਮਨੁੱਖਤਾ ਲਈ ਇੱਕ ਵੱਡਾ ਢੋਆ ਨਹੀਂ ਹੈ ਇਸ ਬਿਜਲੀ ਦੀ ਸ਼ਕਤੀ ਵਾਲੇ ਬਜਰ ਮਨੁੱਖੀ ਸਰੀਰ ਵਿੱਚ ਇਹ ਮੋਤੀ ਮਾਣਕਾਂ ਵਾਲੀ ਚਮਕ ਰੇਡੀਅਮ ਦੀ ਧਾਤ ਦੀ ਚਮਕ ਸਮਾਨ ਹੈ ਜੋ ਉਸ ਦੀ ਰਾਜਨੀਤੀ ਨੂੰ ਉਜਾਗਰ ਕਰਦੀ ਹੈ ਅਸਥੂਲਤਾ ਛੱਡ ਜਾਵੇਗੀ ਤੇ ਇਸ ਵਿੱਚਲੀ ਪਸ਼ੂ ਪ੍ਰਵਿਰਤੀ ਵੀ ਅਲੋਪ ਹੋ ਜਾਵੇਗੀ ਪਰ ਮਨੁੱਖਤਾ ਦੇ ਮੁਕਟ ਉਤੇ ਇਸ ਮੋਨ ਬੀਰ ਭਾਵਨਾ ਦੀ ਚਮਕ ਸਦਾ ਕਾਇਮ ਰਹੇਗੀ ਦਸਾਂ ਗੁਰੂ ਸਹਿਬਾਨ ਦੀ ਬਾਣੀ ਅਤੇ ਬੇਮਿਸਾਲ ਸ਼ਹੀਦਿਆ ਨੇ ਪੰਜਾਬ ਵਿੱਚ ਨਵੀਂ ਜਾਤੀ ਦੀ ਭਾਵਨਾ ਨੂੰ ਉਤਪਨ ਕੀਤਾ ਹੈ ਆਪਣੀ ਪ੍ਰੇਰਣਾ ਸ਼ਕਤੀ ਅਤੇ ਜਨਤਾ ਨਾਲ ਮੇਲ ਮਿਲਾਪ ਦੀ ਭਾਵਨਾ ਕਾਰਨ ਸਿੱਖ ਜਨ ਸਮੂਹ ਇੱਕ ਰਾਸ਼ਟਰੀ ਬਣ ਗਿਆ ਹੈ ਸੰਖੇਪ ਜਿਹਾ ਸਿੱਖ ਇਤਿਹਾਸ ਤੇ ਪਰੰਪਰਾ ਪੰਜਾਬ ਦੀ ਕਿਸਾਨੀ ਜਨਤਾ ਵਿੱਚ ਇਸ ਤਰ੍ਹਾਂ ਪ੍ਰੇਰਣਾ ਉਤਪਨ ਕਰਦੀ ਹੈ ਜਿਉ ਜਿਹਾ ਜੋਸ਼ ਤੇ ਉਤਸ਼ਾਹ ਪਹਿਲਾਂ ਕਿਸੇ ਦੀ ਧਾਰਮਿਕ ਮਰਿਆਦਾ ਨਹੀਂ ਸੀ ਜਗਾਇਆ ਇਸ ਤੋਂ ਪ੍ਰਗਟ ਹੁੰਦਾ ਹੈ ਕਿ ਸਿੱਖਾਂ ਦੀ ਆਪਣੀ ਹੀ ਇੱਕ ਸੰਸਕ੍ਰਿਤੀ ਤੇ ਪਰੰਪਰਾ ਹੈ ਪਰ Hindu ਜਨ ਸਮੂਹ ਇਸ ਨੂੰ ਗ੍ਰੈਂਡ ਕਰਨ ਲਈ ਤਿਆਰ ਨਹੀਂ ਹੈ ਭਾਵੇਂ ਸਿੱਖਾਂ ਦੀ ਕਦੀ ਕਦੀ ਉਹ ਆਪਣੀ ਸੰਤਾਨ ਹੋਣ ਵਾਂਗ ਪਿੱਠ ਜ਼ਰੂਰ ਥਾਪੜਦੇ ਹਨ Hinduਾਂ ਲਈ ਇਸ ਗੱਲ ਉਤੇ ਸਿੱਖਾਂ ਨੂੰ ਨਿੰਦਣਾ ਉਚਿਤ ਪ੍ਰਤੀਤ ਨਹੀਂ ਹੁੰਦਾ ਕਿ ਸਿੱਖ Hindu ਜਨ ਸਮੂਹ ਨਾਲੋਂ ਆਪਣੇ ਆਪ ਨੂੰ ਤੋੜਨ ਤੇ ਵੱਖਰਾ ਕਰਨ ਦੇ ਯਤਨ ਕਿਉਂ ਕਰ ਰਹੇ ਹਨ ਉਹਨਾਂ ਨੂੰ ਇਸ ਗੱਲ ਦਾ ਰੋਸ ਹੈ ਕਿ ਸਿੱਖ ਆਪਣੇ ਧਾਰਮਿਕ ਸਥਾਨਾਂ ਨੂੰ ਵੱਖਰਾ ਕਰਨ ਦਾ ਕਿਉਂ ਯਤਨ ਕਰ ਰਹੇ ਹਨ ਉਦਾਸੀ ਕੌਣ ਹਨ ਇਸ ਸੰਪਰਦਾਏ ਨੂੰ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਆਰੰਭ ਕੀਤਾ ਸੀ ਬਾਬਾ ਸ੍ਰੀ ਚੰਦ ਜੀ ਮੂਲ ਭੂਤ ਧਾਰਨਾਵਾਂ ਦੇ ਕਾਰਨ ਆਪਣੇ ਪਿਤਾ ਬਾਬਾ ਸ੍ਰੀ ਗੁਰੂ ਨਾਨਕ ਜੀ ਨਾਲੋਂ ਵੱਖਰੇ ਨਹੀਂ ਸਨ ਕੇਵਲ ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਕੇਵਲ ਸੰਨਿਆਸੀ ਹੀ ਨਵੇਂ ਧਰਮ ਦਾ ਪਹਾਸਾਰ ਕਰ ਸਕਦੇ ਹਨ ਉਦਾਸੀ ਸੰਪਰਦਾਏ ਨੇ ਸਿੱਖ ਧਰਮ ਨੂੰ ਫੈਲਾਇਆ ਅਤੇ ਸਿੱਖ ਧਰਮ ਲਈ ਧਰਮ ਅਸਥਾਨ ਤੇ ਸੰਸਥਾਵਾਂ ਸਥਾਪਿਤ ਕੀਤੀਆਂ ਫਿਰ ਇਸ ਉਦਾਸੀ ਸੰਪਰਦਾਏ ਦਾ ਪਤਨ ਹੋ ਗਿਆ ਤੇ ਇਹ ਵੀ ਬ੍ਰਾਹਮਣ ਮਤ ਦੇ ਪੁਜੋਤਾ ਸਮਾਨ ਬਣ ਗਏ ਉਹਨਾਂ ਨੇ ਇਹ ਆਖਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਜੀ ਦੇ ਸ਼ਬਦ ਸਤਿ ਸ੍ਰੀ ਅਕਾਲ ਜੋ ਬੋਲੇ ਸੋਨਿਆ ਜੈਕਾਰੇ ਦੇ ਰੂਪ ਵਿੱਚ ਇਤਨਾ ਮਹਤਵਪੂਰਨ ਨਹੀਂ ਹੈ ਜਿਸ ਦੇ ਅਰਥ ਹਨ ਸ੍ਰੀ ਅਕਾਲੀ ਸਤ ਹੈ ਜਿਹੜਾ ਇਹ ਬੋਲਦਾ ਹੈ ਉਹ ਨਿਹਾਲ ਹੋ ਜਾਂਦਾ ਹੈ ਇਹ ਜੈਕਾਰਾ ਸਿੱਖ ਜਨ ਸਮੂਹ ਨੂੰ ਉਤਸ਼ਾਹ ਤੇ ਪ੍ਰੇਰਨਾ ਬਖਸ਼ਦਾ ਹੈ ਪੰਜਾਬ ਦੇ ਹਿੰਦੂ ਵੀ ਕਈ ਥਾਵਾਂ ਤੇ ਇਸੇ ਹੀ ਧੁਨੀ ਤੇ ਤਾਲ ਉੱਤੇ ਇਹੋ ਜੈਕਾਰਾ ਬੋਲਣ ਲੱਗ ਪਏ ਹਨ सनातन धर्म की जय जो बोले सो अब है यानी सनातन धर्म दी जय होवे जो जयकारा बोले सो अब है होवे इस तरह ਦਾ ਅਨੁਕਰਣ ਤਾਂ ਸਿੱਖਾਂ ਲਈ ਪ੍ਰਸ਼ੰਸਾ ਯੋਗ ਤੇ ਵਧਾਈ ਦੀ ਗੱਲ ਹੈ ਵਰਤਮਾਨ ਕਾਲ ਦੇ ਹਿੰਦੂ ਇਹ ਮੰਨਦੇ ਹਨ ਕਿ ਸਿੱਖ ਹਿੰਦੂਆਂ ਦਾ ਹੀ ਇੱਕ ਭਾਗ ਹਨ ਪਰ ਜੇ ਹਿੰਦੂ ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰੀ ਤਰ੍ਹਾਂ ਸਮਝ ਲੈਂਦੇ ਤਾਂ ਇਸ ਦੇਸ਼ ਦੀ ਰਾਜਨੀਤਿਕ ਹੋਣੀ ਕੁਝ ਹੋਰ ਹੀ ਕੁਝ ਹੋਰ ਹੀ ਹੋਣੀ ਸੀ ਪਰ ਜੇ ਇਹ ਹੋ ਨਹੀਂ ਸਕਿਆ Hindu ਮਨ ਵਧੇਰੇ ਹੀ ਰੂੜੀਵਾਦੀ ਤੇ ਸਨਾਤਨ ਪੂਜ ਹੈ ਇਸ ਲਈ ਇਹ ਕਿਸੇ ਵੀ ਅਜਈ ਨਵੀਨਤਾ ਨੂੰ ਗ੍ਰਹਿਣ ਕਰਨ ਤੋਂ ਸੰਕੋਚ ਕਰਦਾ ਹੈ ਜਿਹੜੀ ਸਨਾਤਨੀ ਕਟੜਤਾ ਦੇ ਭੇਖ ਤੋਂ ਵਿਰੁੱਧ ਜਾਂਦੀ ਹੋ ਪਰ ਸ੍ਰੀ ਗੁਰੂ ਨਾਨਕ ਦੇਵ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੰਗਾਰ ਪਾਈ ਸੀ ਇਸ ਲਈ ਖਾਲਸਾ ਜਨ ਸਮੂਹ ਨੂੰ ਗੁਰੂ ਜੀ ਦੇ ਸੰਦੇਸ਼ ਨੂੰ ਪੂਰਨ ਭਰੋਸੇ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਤੇ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਦੁਆਰਾ ਉਹ ਅਲੌਕਿਕ ਚਮਤਕਾਰ ਹੋਂਦ ਵਿੱਚ ਆਉਣਗੇ ਜੋ ਅੱਜ ਸਾਡੇ ਲਈ ਅਦ੍ਰਿਸ਼ ਹਨ ਮੈਂ ਆਪਣੇ ਇਸ ਨਿਬੰਧ ਨੂੰ ਖਾਲਸੇ ਦੇ ਇਤਿਹਾਸਕ ਜੈਕਾਰੇ ਨਾਲ ਹੀ ਸਮਾਪਤ ਕਰਦਾ ਹਾਂ ਸਤਿ ਸ੍ਰੀ ਅਕਾਲ ਫਿਰ ਦੁਆਰਾ ਦੇਈ ਪਰ ਸ੍ਰੀ ਗੁਰੂ ਨਾਨਕ ਦੇਵ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੰਗਾਰ ਪਾਈ ਸੀ ਇਸ ਲਈ ਖਾਲਸਾ ਜਨ ਸਮੂਹ ਨੂੰ ਗੁਰੂ ਜੀ ਦੇ ਸੰਦੇਸ਼ ਨੂੰ ਪੂਰਨ ਭਰੋਸੇ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਤੇ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਦੁਆਰਾ ਉਹ ਅਲੌਕਿਕ ਚਮਤਕਾਰ ਹੋਂਦ ਵਿੱਚ ਆਉਣਗੇ ਜੋ ਅਜ ਸਾਡੇ ਲਈ ਅਦ੍ਰਿਸ਼ ਹਨ ਮੈਂ ਆਪਣੇ ਇਸ ਨਿਬੰਧ ਨੂੰ ਖਾਲਸੇ ਦੇ ਇਤਿਹਾਸਕ ਜੈਕਾਰੇ ਨਾਲ ਹੀ ਸਮਾਪਤ ਕਰਦਾ ਹਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ